ਕੀ ਨਾਮ ਮੈਡਮ ਤੁਹਾਡਾ ਉਸ ਦਿਨ 14 ਤਰੀਕ ਨੂੰ ਤਾਂ ਹੱਦ ਹੋ ਗਈ ਪਹਿਲਾਂ ਮੇਰੇ ਹਸਬੰਡ ਨੇ ਮੇਰੇ ਤੇ ਹੱਥ ਚੱਕਿਆ ਮੈਨੂੰ ਮਾਰਿਆ ਉਸ ਤੋਂ ਬਾਅਦ ਮੇਰੇ ਸੱਸ ਤੇ ਮੇਰਾ ਜੀਠ ਉਹ ਮੈਨੂੰ ਪੈਂਦੇ ਠੀਕ ਆ ਮੈਂ ਇੰਨਾ ਜ਼ਿਆਦਾ ਡਰ ਗਈ ਜਦੋਂ ਮੇਰੀ ਸੱਸ ਮੈਨੂੰ ਮਾਰਨ ਪੈਂਦੀ ਆ ਹੁਣ ਮੈਂ ਸ਼ਰਟ ਪਾਈ ਹੋਈ ਆ ਮੈਂ ਤੁਹਾਨੂੰ ਦਿਖਾ ਨਹੀਂ ਸਕਦੀ ਜਦੋਂ ਮਤਲਬ ਬਿਨਾਂ ਖਿੱਚ ਧੂ ਕਰਦੇ ਮੈਂ ਉਹਨਾਂ ਤੋਂ ਬਚ ਕੇ ਜਾਂਦੀ ਹਾਂ ਭੱਜ ਕੇ ਮੇਰੇ ਸਾਰੇ ਨੇਲਸ ਦੇ ਨਿਸ਼ਾਨ ਸੀਗੇ ਪਿੱਠ 'ਤੇ ਵੀ ਨਿਸ਼ਾਨ ਸੀਗੇ ਠੀਕ ਆ ਅਤੇ ਮੈਂ ਭੱਜ ਕੇ ਆਪਣੇ ਰੂਮ ਦੇ ਵਿੱਚ ਜਾਂਦੀ ਮੇਰਾ ਰੂਮ ਉੱਪਰ ਸੀਗਾ ਮੈਂ ਜਾ ਕੇ 100 ਨੰਬਰ 'ਤੇ ਕਾਲ ਕਰਦੀ ਮੈਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਮਦਦ ਦੀ ਗੁਹਾਰ ਲਗਾਉਂਦੀ ਹਾਂ ਮੇਰੀ ਕਾਲ 182 'ਤੇ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਕਹਿੰਦੇ ਕਿ ਤੁਸੀਂ ਹਾਂ ਰੱਖੋ ਤੁਸੀਂ ਪੇਸ਼ੈਂਟਸ ਰੱਖੋ ਤੁਹਾਡੇ ਪੁਲਿਸ ਵਾਲੇ ਤੁਹਾਡੇ ਕੋਲ ਪਹੁੰਚਦੇ ਨੇ ਫਿਰ ਪੁਲਿਸ ਵਾਲੇ ਮੈਡਮ ਆਉਂਦੇ ਨੇ ਨਾਲ ਉਹਨਾਂ ਦੇ ਹੋਰ ਵੀ ਕੌਂਸਟੇਬਲ ਹੁੰਦੇ ਨੇ ਆ ਕੇ ਉਹ ਸਾਨੂੰ ਟਾਈਮ ਦਿੰਦੇ ਨੇ ਕਿ ਤੁਸੀਂ 9 ਵਜੇ ਪਹੁੰਚੋ ਸ਼ਾਮ ਦਾ ਸਾਨੂੰ ਟਾਈਮ ਦੇ ਦਿੱਤਾ ਜਾਂਦਾ ਵਾ ਅਤੇ ਸਾਨੂੰ ਉੱਥੇ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਇਆ ਜਾਂਦਾ ਮੇਰੇ ਸਹੁਰਿਆਂ ਦੇ ਨਾਲ ਮੈਂ ਅਤੇ ਮੇਰੇ ਸਹੁਰੇ ਪਰਿਵਾਰ ਹੁੰਦਾ ਮੈਂ ਇਕੱਲੀ ਹੁੰਦੀ ਹਾਂ ਉਸ ਟਾਈਮ ਉਸ ਤੋਂ ਬਾਅਦ ਕਿ ਮੈਂ ਜਾਂਦੀ ਹਾਂ ਕਿ ਮੈਡਮ ਦਾ ਉਸ ਪ੍ਰਤੀ ਮੇਰੇ ਪ੍ਰਤੀ ਵਾਇਸ ਬਿਹੇਵ ਹੁੰਦਾ ਮੈਨੂੰ ਝਿੜਕੇ ਮਾਰਦੇ ਨੇ ਕਦੀ ਇੱਧਰ ਖਿੱਚਦੇ ਨੇ ਕਦੀ ਉੱਧਰ ਖਿੱਚਦੇ ਨੇ ਇਹ ਕਰ ਉਹ ਕਰ ਮਤਲਬ ਮੇਰੇ ਨਾਲ ਇੱਦਾਂ ਦੀ ਸ਼ਬਦਾਵਲੀ ਵਰਤਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਕਿ ਮੈਨੂੰ SHO ਸਾਹਿਬ ਦੇ ਕਮਰੇ ਦੇ ਵਿੱਚ ਲਿਜਾਇਆ ਜਾਂਦਾ ਮੈਨੂੰ ਕਹਿੰਦੀ ਮੈਨੂੰ SHO ਕਹਿੰਦੇ ਤੂੰ ਜਾਂਦੀ ਜਾਂ ਨਹੀਂ ਜਾਂਦੀ ਮੈਂ ਕਹਿੰਦੀ ਮੈਂ ਨਹੀਂ ਜਾਂਦਾ ਮੇਰੇ ਸੁਰ ਤੋਂ ਪਹਿਲਾਂ ਮੈਨੂੰ ਘਰੋਂ ਬਾਹਰ ਕੱਢਦੇ ਨੇ ਅਤੇ ਤੁਸੀਂ ਵੀ ਇਹ ਸਾਥ ਨਾ ਉਹਨਾਂ ਦਾ ਦਿਓ ਮੈਨੂੰ ਤੁਸੀਂ ਪ੍ਰੋਟੈਕਟ ਕਰੋ ਮੇਰੇ ਮੇਰਾ ਸਾਥ ਦਿਓ ਮੇਰੀ ਪੁਕਾਰ ਸੁਣੋ ਉਹ ਕਹਿੰਦੇ ਕਿ ਇਹਦੇ ਘੱਟੋ ਇਹਦੇ 57 ਨਹੀਂ ਜਾਂਦੀ ਤਾਂ ਅਤੇ ਮੈਨੂੰ ਮੈਂ ਕਿਹਾ ਹਾਂਜੀ ਘੱਟ ਹੋ ਕਹਿੰਦੇ ਤੁਹਾਨੂੰ ਮਤਲਬ ਪਤਾ 57 ਦਾ ਕੀ ਹੁੰਦਾ ਮੈਂ ਕਹਿੰਦੀ ਠੀਕ ਹੈ ਤਾਂ ਠੀਕ ਹੀ ਹੁੰਦਾ ਅਤੇ ਮੈਨੂੰ ਕਹਿੰਦੇ ਲੈ ਜਾਓ ਉਹਨੂੰ ਬਾਹਰ ਲੈ ਜਾਓ ਮੈਡਮ ਮੈਨੂੰ ਬਾਹਰ ਲਿਆਉਂਦੇ ਨੇ SHO ਸਾਹਿਬ ਦੇ ਆਫਿਸ ਵਿੱਚ ਮੈਨੂੰ ਉੱਥੇ ਬਿਠਾ ਦਿੱਤਾ ਜਾਂਦਾ ਵਾ ਫਿਰ ਮੈਂ ਤਾਂ ਕਹਿੰਦੀ ਕਿ ਤੂੰ ਆਪਣੇ ਘਰਦਿਆਂ ਨੂੰ ਬੁਲਾ ਘਰਦਿਆਂ ਨੂੰ ਬੁਲਾ ਮੈਂ ਤੇਰੇ ਕਾਲ ਕਰਦੀ ਹਾਂ ਮੇਰੀ ਵੀਰੀ ਹੁਣੀ ਆਉਂਦੇ ਨੇ ਮੇਰੇ ਮੰਮੀ ਹੁਣੀ ਆਉਂਦੇ ਨੇ ਇਹਨਾਂ ਦੇ ਨਾਲ ਹੀ ਸਾਰੇ ਆਉਂਦੇ ਨੇ ਮਾਨਵ ਵੀਰਾਂ ਮੇਰੀ ਵੀਰੇ ਦਾ ਦੋਸਤ ਉਹ ਵੀ ਨਾਲ ਆਉਂਦੇ ਜਿੱਥੇ ਸਾਰਾ ਕੁਝ ਸ਼ੁਰੂ ਹੁੰਦਾ ਅੱਛਾ ਕਿਵੇਂ ਅੱਜ ਜੋ ਮੈਟਰ ਸੀਗਾ ਉਸ ਮਾਮਲੇ ਦੇ ਵਿੱਚ ਤੁਸੀਂ ਆਏ ਕੀ ਮੈਟਰ ਕੀ ਰਿਹਾ ਮੇਰਾ ਨਾਮ ਹੈਗਾ ਜੀ ਸਰਬਜੀਤ ਸਿੰਘ ਮੈਂ ਮਾਨਵਜੀਤ ਸਿੰਘ ਦਾ ਢਿੱਲੋਂ ਦਾ ਬਚਪਨ ਦਾ ਦੋਸਤ ਆ ਅਤੇ ਇਹ ਮੈਟਰ ਇਹ ਹੈ ਜੀ ਵੀ ਆਪਣੀ ਯਾਰ ਦੋਸਤ ਦੀ ਗਾਂ ਭੈਣ ਹੈਗੀ ਹੈ ਆਪਣੇ ਵੀ ਭੈਣ ਨਹੀਂ ਲੱਗੇ ਉਹਨਾਂ ਦਾ ਮੈਟਰੀਮੋਨੀਅਲ ਡਿਸਪਿਊਟ ਸੀਗਾ ਜਿਸ ਰਿਗਾਰਡਿੰਗ ਉਹਨਾਂ ਨੇ ਕੰਪਲੇਂਟ ਦਿੱਤੀ PS ਡਿਵੀਜ਼ਨ ਨੰਬਰ 1 ਔਨਲਾਈਨ ਕੰਪਲੇਂਟ ਜਿਹੜੀ ਉੱਥੇ ਮਾਰ ਦਿੱਤੀ 14 ਤਰੀਕ ਨੂੰ ਉੱਥੇ ਪਹੁੰਚੇ ਅਤੇ ਮਾਨਵਜੀਤ ਸਿੰਘ ਢਿੱਲੋਂ ਅਤੇ ਨਾਲ ਹੋਰ 2-4 ਜਣੇ ਉੱਥੇ ਪਹੁੰਚੇ ਉਹਨਾਂ ਦੇ ਨਾਲ ਅਤੇ ਸਾਹਮਣੇ ਮੁੰਡੇ ਵਾਲੇ ਵੀ ਆਏ ਸੀ ਉੱਥੇ ਨਾ ਤੂਤੂ ਮੈਂ ਹੋਈ ਇੰਸਪੈਕਟਰ ਉਦੋਂ ਹੈ ਨਹੀਂ ਸੀ ਅਵੇਲੇਬਲ ਬਾਕੀ ਸਟਾਫ ਸੀਗਾ ਅਤੇ ਲੇਡੀ ਕਾਂਸਟੇਬਲ ਨੇ ਜਿਹੜੀ ਹੈਗੀ ਹੈ ਮੈਡਮ ਜਗਜੀਤ ਕੌਰ ਉਹਨਾਂ ਨੇ ਜਾਂਦੇ ਹੀ ਬੜਾ ਗਲਤ ਬਿਹੇਵ ਕੀਤਾ ਵੀ ਤੂੰ ਬੈਠਾ ਕਿੱਦਾਂ ਤੈਨੂੰ ਬਹਿਣਾ ਨਹੀਂ ਆਉਂਦਾ ਉਹ ਕਹਿੰਦਾ ਜੀ ਮੈਂ ਸਿੱਧਾ ਬੈਠਾ 6 ਫੁੱਟ 6.5 ਫੁੱਟ ਦਾ ਗੱਭਰੂ ਹੋਏ ਅਤੇ ਉਹਨੇ ਬਹਿਣਾ ਤਾਂ ਨੋਰਮਲ ਬੈਠਣਾ ਹੀ ਆ ਉੱਦਾਂ ਹੀ ਤੈਨੂੰ ਪਤਾ ਨਹੀਂ ਹੈ ਇਹਨਾਂ ਦੇ ਗੱਲ ਪੈ ਗਏ ਵੇ ਆਫ ਟਾਕਿੰਗ ਤੋਂ ਪਤਾ ਲੱਗ ਰਿਹਾ ਸੀ ਵੀ ਕੀ ਹੈ ਪਤਾ ਹੀ ਹੈ ਜੀ ਕਿਉਂ ਆ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਹੈ ਉਹ ਤੋਂ ਬਾਅਦ ਇਹਨਾਂ ਦੀ ਤੂਤੂ ਮੈਂ ਹੋਈ ਚਲੋ ਜੀ ਕਰ ਕਰਾ ਕੇ ਇਹਨਾਂ ਦੀ ਫੋਨ 'ਤੇ ਗੱਲ ਲੇਡੀ ਕਾਂਸਟੇਬਲ ਨੇ ਇੰਸਪੈਕਟਰ ਸਾਹਿਬ ਨਾਲ ਕਰਾਈ ਹੁਣ ਸਾਨੂੰ ਇਹ ਨਹੀਂ ਪਤਾ ਉੱਥੇ ਕੀ ਗੱਲ ਹੋਈ ਪਰ ਮਾਨਵ ਇਹੀ ਕਹਿ ਰਹੇ ਸਰ ਤੁਸੀਂ ਐਜ਼ ਪਰ ਲਾਅ ਕਰੋ ਮੇਰੀ ਕਾਨੂੰਨ ਦੀ ਗੱਲ ਤਾਂ ਸੁਣੋ ਕਾਨੂੰਨ ਇਹ ਕਹਿੰਦਾ ਆ ਚਲੋ ਫੋਨ ਕੱਟ ਹੋ ਗਿਆ ਉਹ ਕਹਿੰਦੇ 16 ਤਰੀਕ ਨੂੰ ਆਓ 15 ਡਿਊਟੀਆਂ 16 ਤਰੀਕ ਨੂੰ ਪਹੁੰਚੇ ਮੌਕੇ 'ਤੇ ਇਹਨਾਂ ਨੇ ਮਾਨਵ ਢਿੱਲੋਂ ਨੂੰ ਬਾਹਰ ਹੀ ਰੱਖਿਆ ਅੰਦਰੇ ਬਾਕੀ ਮੈਂਬਰ ਪਰਿਵਾਰ ਦੇ ਗਏ ਉਹ ਇੰਸਪੈਕਟਰ ਸਾਹਿਬ ਕਹਿੰਦੇ ਉਹਨੂੰ ਲੈ ਕੇ ਆਓ ਜਿਹੜਾ ਕਾਨੂੰਨ ਸਿਖਾਉਂਦਾ ਸੀ ਮੈਨੂੰ ਉੱਦਾਂ ਇਹ ਲੈ ਆਏ ਵਾਪਸ ਉਹਨੂੰ ਜਾ ਕੇ ਵੀ ਤੈਨੂੰ SHO ਸਾਹਿਬ ਸੱਦ ਦੇ ਉਹ ਆ ਗਿਆ ਉਹਦੇ ਨਾਲ ਤੂਤੂ ਮੈਂ ਹੋਈ ਜੇ ਉਹ ਤੂੰ ਤੈਨੂੰ ਬੜਾ ਕਾਨੂੰਨ ਆਉਂਦਾ ਫਲਾਣਾ ਟਮਕਾਣਾ ਮੁੰਡੇ ਵਾਲੇ ਇਹਨਾਂ ਦੇ ਗੱਲ ਪੈ ਗਏ ਉਹ ਮੁੰਡੇ ਵਾਲਿਆਂ ਤੋਂ ਉਹਨਾਂ ਨੇ ਜੁਆਈਆਂ ਵਾਂਗੂ ਰੱਖਿਆ ਹੋਇਆ ਸੀ ਜੀ ਵੀ ਇਹ ਤਾਂ ਸਾਡੇ ਬਹੁਤ ਖਾਸ ਨੇ ਜਿੱਦਾਂ ਉਹ ਇਹਨਾਂ ਨੂੰ ਗਾਲਾਂ ਕੱਢਦੇ ਸੀ ਅਤੇ ਪੁਲਿਸ ਕੁਛ ਨਹੀਂ ਸੀ ਕਹਿੰਦੀ ਇਹ ਅੱਗੋਂ ਜਵਾਬ ਦਿੰਦੇ ਵੀ ਸਾਡੇ ਨਾਲ ਗਲਤ ਕਿਉਂ ਬੋਲਦੇ ਅਤੇ ਉਹ ਇਹਨਾਂ ਦੇ ਗੱਲ ਪੈਂਦੀ ਸੀ ਪੁਲਿਸ ਇੱਕ MHC ਬਲਵਿੰਦਰ ਕੁਮਾਰ ASI ਲੇਡੀ ਕਾਂਸਟੇਬਲ ਜਗਜੀਤ ਕੌਰ ਅਤੇ ਨਵਦੀਪ ਸਿੰਘ ਇੰਸਪੈਕਟਰ ਖੁਦ ਇਹਨਾਂ ਨੂੰ ਕਹਿ ਕਵਾ ਕੇ ਇਹਨਾਂ ਨੇ ਨਾ ਗਾਲਾਂ ਕੱਢ ਕੇ ਬਾਹਰ ਕੱਢਤਾ ਵੀ ਦਫਾ ਹੋ ਜਾਓ ਸਾਰੇ ਕੁੜੀ ਵਾਲੇ ਇਹ ਬਾਹਰ ਚਲੇ ਗਏ ਚਲੋ ਇਹਨਾਂ ਨੇ ਮਾਨਵ ਨੂੰ ਥੋੜ੍ਹਾ ਕਾਮ ਡਾਊਨ ਕੀਤਾ ਵੀ ਚੱਲ ਵੀਰੇ ਕੋਈ ਨਹੀਂ ਵੀ ਤੈਨੂੰ ਪਤਾ ਹੀ ਥਾਣੇ 'ਚ ਕੀ ਉਹ ਕਹਿੰਦਾ ਮੈਨੂੰ ਪਤਾ ਕੋਈ ਗੱਲ ਨਹੀਂ ਵੀ ਮੈਂ ਤਾਂ ਸੱਚ ਦੇ ਨਾਲ ਆਇਆ ਆਪਾਂ ਕੋਈ ਗੱਲ ਨਹੀਂ ਆਪਾਂ ਨਹੀਂ ਘਬਰਾਉਂਦੇ ਮੈਂ ਘਬਰਾਉਣ ਵਾਲਾ 'ਚ ਨਹੀਂ ਵੀ ਤੂੰ ਉਹਨੂੰ ਗੱਡੀ 'ਚ ਬਿਠਾ ਤਾ ਵੀ ਚੱਲ ਤੂੰ ਬੈਠ ਜਾ ਐਨੀ ਦੇਰ ਨੂੰ ਇੱਕ ਕਾਂਸਟੇਬਲ ਇਹਨਾਂ ਦਾ ਜੇਠ ਬਾਹਰ ਆਇਆ ਉਹ ਮਾਨਵ ਨਾਲ ਫਿਰ ਤੂੰ ਮੈਮ ਜਾਣ ਕੇ ਪੰਗਾ ਲੈਣ ਦੀ ਨੀਅਤ ਨਾਲ ਪ੍ਰੀ ਪਲੈਨਡ ਹੁੰਦਾ ਨਾ ਇੱਕ ਵੀ ਹਾਂ ਵੀ ਆਪਾਂ ਇਹਨੂੰ ਕਿੱਦਾਂ ਫਸਾਈਏ ਆ ਕੇ ਤੂਤੂ ਮੈਂ ਹੋਈ ਜੇ ਉਹ ਅਤੇ ਜੇਠ ਇਹਨਾਂ ਦਾ ਜਿਹੜਾ ਸੀ ਉਹ ਮਾਨਵ ਨੂੰ ਕਹਿੰਦਾ ਤੇਰੇ ਤਾਂ ਮੈਂ ਗਾਟੇ ਲਾ ਦਾਂ ਉਹ ਕਹਿੰਦਾ ਟੋਟੇ ਕਰਦਾ ਟੋਟੇ ਕਰਨੇ ਤੇਰੇ ਉਹ ਕਹਿੰਦਾ ਕੋਈ ਨਹੀਂ ਜਿਹੜੇ ਟੋਟੇ ਕਰਨੇ ਤੂੰ ਕਰ ਲਾ ਆ ਜਾ ਤੂੰ ਕਰ ਲਾ ਤੂੰ ਨੰਬਰ ਦੇ ਆਪਦਾ ਉਹ ਕਹਿੰਦਾ ਤੂੰ ਮੇਰਾ ਨੰਬਰ ਲੈ ਲਾ ਇੰਨੀ ਦੇਰ ਨੂੰ ਉਹ ਭੱਜਾ ਅੰਦਰ ਗਿਆ ਜੀ ਬਸ ਅੰਦਰ ਜਾ ਕੇ ਇਹ ਮੌਕੇ ਦੇ ਅੰਦਰ ਇੰਸਪੈਕਟਰ ਸਾਹਿਬ ਦੇ ਆਫਿਸ 'ਚ ਸੀ ਇਹਨਾਂ ਦੇ ਸਾਹਮਣੇ ਆ ਕੇ ਉਹਦੇ ਕੰਨ 'ਚ ਪਤਾ ਨਹੀਂ ਕੀ ਫੂਕ ਮਾਰੀ ਆ ਅਤੇ ਇੰਸਪੈਕਟਰ ਸਾਹਿਬ ਨੇ ਨਾਲ ਹੀ ਉਹ ਤੂੰ ਭੇਜਦਾ ਆਪਣੇ ਕਾਂਸਟੇਬਲ ਨੂੰ ਜਾ ਕੇ ਸੱਦ ਕੇ ਲਿਆਓ ਉਹ ਮੁੰਡਾ ਬਾਹਰ ਗਿਆ ਉਹਨੂੰ ਸੱਦ ਕੇ ਲਿਆਇਆ ਅੰਦਰ ਮਾਨਵ ਆਇਆ ਇਹਨਾਂ ਦੇ ਸਾਹਮਣੇ ਮਾਨਵ ਨੂੰ ਕਹਿੰਦਾ ਤੈਨੂੰ ਜਾੜਾ ਕਾਨੂੰਨ ਆਉਂਦਾ ਵੇ ਤੂੰ ਸਾਨੂੰ ਬਹੁਤਾ ਹੀ ਕਾਨੂੰਨ ਸਿਖਾਉਣ ਲੱਗ ਗਿਆ ਉਹ ਕਹਿੰਦਾ ਸਰ ਮੈਂ ਗੱਲ ਕੀ ਗਲਤ ਕੀਤੀ ਮੈਨੂੰ ਗਲਤ ਦੱਸ
10 जने कॉन्सटेबल जिहड़े पुलिस मुलाजम घड़ीस दे SHO साहब दे कमरे तो बाहर लै जांदे ने। बाहर अपने जिहड़े होर मित्र सी ओह बाहर खड़े सीगे जिहड़े कुड़ी वालियां चों, ਉਹ ਦੇਖਦੇ ਹੋ ਕਹਿੰਦੇ ਸਾਡੇ ਸਾਹਮਣੇ ਬਾਹਰ ਗਏ ਇਹਨੂੰ ਦੂਜੇ ਪਾਸੇ ਲੈ ਗਏ ਜਿੱਥੇ ਕੈਮਰੇ ਨਹੀਂ ਸੀਗੇ। ਉੱਥੇ ਜਾ ਕੇ ਤਾਂ ਸਾਨੂੰ ਉਸ ਤੋਂ ਬਾਅਦ ਆਵਾਜ਼ਾਂ ਆਈਆਂ ਚੰਗੀਆਂ, ਇੰਸਪੈਕਟਰ ਸਾਹਿਬ ਇਹ ਗਏ ਨੇ ਇਹਦੇ ਥੱਪੜ ਮਾਰਿਆ ਪੱਗ ਲਈ, ਜੋ ਕਿ ਬਾਅਦ 'ਚ ਮਾਨਵ ਨੇ ਖੁਦ ਦੱਸਿਆ, ਛੋਟੇ ਮਾਨਵ ਨੂੰ, ਮਾਨਵ ਦੀ ਸਿਮ ਉੱਪਲ ਨੂੰ ਦੱਸਿਆ ਕਿ ਇੰਸਪੈਕਟਰ ਨੇ ਆ ਕੇ ਮੇਰੀ ਥੱਪੜ ਮਾਰ ਕੇ ਪੱਗ ਲਾਈ ਹੈ। ਅਤੇ ਕਹਿੰਦਾ ਮੈਂ ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਸਰ ਜੋ ਕਰਨਾ ਮੇਰੇ ਨਾਲ ਕੈਮਰੇ ਦੇ ਸਾਹਮਣੇ ਕਰੋ, ਮੈਨੂੰ ਕੁੱਟਣਾ ਵੀ ਇਹ ਕੁੱਟ ਲਓ, ਜਿੰਨਾ ਮਰਜ਼ੀ ਕੁੱਟ ਲਓ, ਪਰ ਮੈਨੂੰ ਕੈਮਰੇ ਦੇ ਸਾਹਮਣੇ ਕੁੱਟੋ। ਪਰ ਉਹ ਫਿਰ ਸਰ ਪੁਲਿਸ ਦੇ ਜਦੋਂ 10 ਬੰਦੇ ਮੌਜੂਦ ਹੋਣ ਤਾਂ ਇਕੱਲਾ ਬੰਦਾ ਕਿੰਨਾ ਕੁ ਸੰਘਰਸ਼ ਕਰ ਲਊਗਾ। ਉਹ ਤੋਂ ਬਾਅਦ ਇਹਨੂੰ ਹਵਾਲਾਤ 'ਚ ਦੇ ਦਿੱਤਾ, ਇਹਦੀ ਸ਼ਰਟ ਸ਼ੂਟ ਪਾੜਤੀ, ਬਾਅਦ 'ਚੋਂ ਛੋਟਾ ਨਿੱਕਾ ਜਿਹਾ ਪਤਾ ਆਈ ਡੋਂਟ ਨੋ ਕੌਣ ਸੀ ਉਹਨੂੰ ਸ਼ਰਟ ਦੇ ਕੇ ਆਇਆ ਜੋ ਇਹ ਦੱਸਦੇ ਸੀਗੇ ਨਿੱਕਾ। ਬਾਅਦ 'ਚ ਛੋਟਾ ਵੀਰ ਜਸ਼ਨ ਢਿੱਲੋਂ ਉੱਥੇ ਪਹੁੰਚਿਆ, ਉਹ ਅੰਦਰ ਗਿਆ ਮਿਲਣ ਵਾਸਤੇ ਪਾਣੀ ਦੇਣ, ਚੱਲ ਮੈਂ ਦੇ ਆਵਾਂ। ਉਹ ਪੁਲਿਸ ਲੇਡੀ ਮੁਲਾਜ਼ਮ ਫਿਰ ਉਹਨੂੰ ਗਲਤ ਬੋਲੀਏ, ਤੂੰ ਜ਼ਹਿਰ ਦੇਣ ਆਇਆ ਇਹਨੂੰ। ਮੈਂ ਕਹਿੰਦਾ ਮੈਡਮ ਮੇਰਾ ਵੱਡਾ ਭਰਾ, ਮੈਂ ਜ਼ਹਿਰ ਦੇਵਾਂਗਾ ਇਹਨੂੰ, ਤੂੰ ਚੱਲ ਦਫਾ ਹੋ ਇੱਥੋਂ, ਅਸੀਂ ਦੇਖ ਲਾਂਗੇ ਆਪੇ ਕੀ ਕਰਨਾ, ਨਿਕਲ ਜਾ ਜੇ ਵੋ, ਗਲਤ ਵਰਡਿੰਗ ਜੋ ਵੀ ਆਪਾਂ ਕੈਮਰੇ ਸਾਹਮਣੇ ਨਹੀਂ ਗੱਲ ਕਰ ਸਕਦੇ ਜਿਹੜੀ, ਉਹਨੂੰ ਬਾਹਰ ਕੱਢ ਦਿੱਤਾ। ਅਤੇ ਮਾਨਵ ਦੇ ਨਾਲ ਵੀ ਉਹਦੀ ਮਾੜੀ ਚੀਜ਼ ਉਨੀ ਦੇਰ ਨੂੰ ਗੱਲ ਹੋਈ, ਥੋੜ੍ਹਾ ਜਿਹਾ ਮੇਲ ਮਿਲਾਪ ਹੋਇਆ। ਮਾਨਵ ਨੇ ਦੱਸਿਆ ਵੀ ਯਾਰ ਇੱਧਰ ਤਾਂ ਮੇਰੇ ਨਾਲ ਆਹ ਧੱਕਾ ਕੀਤਾ ਇਹਨਾਂ ਨੇ। ਬਾਹਰ ਆ ਕੇ ਉਹਦਾ ਛੋਟਾ ਵੀ ਥੋੜ੍ਹਾ ਸਾਇਲੈਂਟ ਹੋ ਗਿਆ, ਮਤਲਬ ਥੋੜ੍ਹਾ ਜਿਹਾ ਉਹਦਾ ਬਿਹੇਵੀਅਰ ਚੇਂਜ ਆਉਣਾ ਸ਼ੁਰੂ ਹੋ ਗਿਆ। ਉਹ ਤੋਂ ਬਾਅਦ ਉਹ ਘਰਾਂ ਨੂੰ ਚਲੇ ਗਏ ਨੇ। ਬਾਅਦ 'ਚੋਂ 7:55 'ਚ ਅੰਦਰ ਸੀ, ਨੈਕਸਟ ਡੇ ਆਪਾਂ ਮੈਂ ਉਹਦੀ ਬੇਲ ਕਰਾਈਏ ਇੱਥੇ ADCP ਸਾਹਿਬ ਦੇ। ਅਤੇ ਸਵੇਰ ਤੋਂ ਆਪਾਂ ਜਸ਼ਨ ਨੂੰ ਨਿੱਕੇ ਨੂੰ ਫੋਨ ਕਰਦੇ ਸੀ ਵੀ ਚੱਲ ਆ ਜਾ ਇੱਥੇ ਮੌਕੇ 'ਤੇ ਵੀ ਹੋਣ ਲੱਗੀ, ਤੂੰ ਕਾਹਨੂੰ ਚਿੰਤਾ ਕਰਦਾ, ਬਟ ਉਹ ਫੋਨ ਹੀ ਨਹੀਂ ਚੱਕਿਆ ਕਿਸੇ ਦਾ ਵੀ ਉਹਨੇ ਮੌਕੇ 'ਤੇ। ਬਾਅਦ 'ਚ ਆਪਾਂ ਉਹਨੂੰ ਫੋਨ ਕੀਤਾ ਆਪਣਾ ਮਾਨਵ ਨੂੰ, ਕਿਹਾ ਕਿ ਮਾਨਵ ਨੇ ਵੀ ਮੈਨੂੰ ਕਿਹਾ ਇੱਥੇ ADCP ਸਾਹਿਬ ਦੇ, ਚੱਲ ਫੋਨ ਮਿਲਾ ਮੇਰੇ ਗੱਲ ਤਾਂ ਕਰਾ ਵੀ ਫੋਨ ਕਿਉਂ ਨਹੀਂ ਚੱਕਦਾ। ਉਹ ਸਗੋਂ ਗੁੱਸਾ ਕਰ ਰਿਹਾ ਸੀ ਵੀ ਇਹਨੂੰ ਅਕਲ ਨਹੀਂ ਹੈਗੀ ਮੇਰਾ ਫੋਨ ਨਹੀਂ ਚੱਕਦਾ। ਬਾਅਦ ਵਿੱਚ ਕੀ ਹੋਇਆ ਵੀ ਜਦੋਂ ਆਪਾਂ ਘਰਾਂ ਨੂੰ ਚੱਲ ਗਏ, ਮੈਨੂੰ ਮਾਨਵ ਦਾ ਘੰਟੇ ਕੁ ਬਾਅਦ ਫੋਨ ਆਇਆ ਵੀ ਹਾਂ ਮੇਰੀ ਜਸ਼ਨ ਨਾਲ ਆਪਦੇ ਫੋਨ ਤੋਂ ਗੱਲ ਹੋਊਗੀ। ਉਹ ਥੋੜ੍ਹਾ ਪਰੇਸ਼ਾਨ ਆ ਯਾਰ ਵੀ ਦੱਸ ਉਹਨੇ ਤਾਂ ਆਪਾਂ ਕੀ ਕਰ ਸਕਦੇ ਹਾਂ ਲੀਗਲ ਐਕਸ਼ਨ। ਮੈਂ ਕਿਹਾ ਲੀਗਲ ਐਕਸ਼ਨ ਬਿਲਕੁਲ ਹੈਗਾ, ਤੂੰ ਕੱਲ੍ਹ ਆਪਾਂ CP ਸਾਹਿਬ ਨੂੰ ਦਰਖਾਸਤ ਦੇਵਾਂਗੇ ਵੀ ਜੋ ਸਾਡੇ ਨਾਲ ਗਲਤ ਹੋਇਆ। ਉਹ ਨਾਲ ਹੀ ਫਿਰ ਕਹਿੰਦਾ ਚੱਲ ਮੈਂ ਕਰਦਾ ਵੀ ਜਸ਼ਨ ਬਹੁਤ ਡਿਪਰੈਸ ਲੱਗ ਰਿਹਾ ਮੈਨੂੰ, ਆਪਾਂ ਉਹਨੂੰ ਲੈਣ ਜਾ ਰਹੇ ਹਾਂ ਗੋਇੰਦਵਾਲ ਸਾਹਿਬ ਦੇ ਰਸਤੇ। ਮੈਂ ਕਿਹਾ ਚੱਲ ਨਿਕਲ ਆ ਕੋਈ ਨਾ ਵੀ ਤੁਸੀਂ ਵਿਹਲੇ ਹੋ ਕੇ ਆ ਜਾਓ। ਇੱਕ ਮਿੰਟ ਬਾਈ ਜੀ, ਉਹ ਤੋਂ ਬਾਅਦ ਫਿਰ ਜਦੋਂ ਆਏ ਨੇ ਮੈਨੂੰ 7:45 ਮਾਨਵਦੀਪ ਸਿੰਘ ਉੱਪਲ ਦਾ ਫੋਨ ਆਇਆ। ਮੈਂ ਜਦੋਂ ਫੋਨ ਚੁੱਕਿਆ ਤਾਂ ਇਹਨੇ ਮੈਨੂੰ ਇੱਦਾਂ ਹੀ ਵੀ ਰੋਂਦਾ ਪਿਆ ਸੀ ਕਾਫੀ ਵੀ ਵੀਰੇ ਜਸ਼ਨ ਨੇ ਅਤੇ ਮਾਨਵ ਨੇ ਦਰਿਆ 'ਚ ਛਾਲ ਮਾਰਤੀ ਬਿਆਸ, ਤੁਸੀਂ ਜਲਦੀ ਪਹੁੰਚੋ। ਮੈਂ ਤਾਂ ਮੇਰਾ ਬ੍ਰਦਰ ਫਟਾਫਟ ਅਸੀਂ ਗੱਡੀ ਸਟਾਰਟ ਕੀਤੀ ਅਤੇ ਉੱਥੇ ਰਾਤ ਪਹੁੰਚੇ ਹਾਂ। ਉੱਥੇ ਫਿਰ ਗਾਂ ਜੋ ਪੁਲਿਸ ਨੂੰ ਦੱਸਿਆ ਗਾ, ਅੱਗੇ ਆਪਾਂ ਹਰੀਕੇ ਪਤਨ ਜਾ ਕੇ ਆਏ, ਉਹ ਕਹਿੰਦੇ ਸਾਡੇ ਫਲੱਡ ਗੇਟ ਖੁੱਲ੍ਹੇ ਨੇ। ਗਾਂ ਅਸੀਂ ਉੱਥੇ ਹੁਸੈਨੀ ਵਾਲਾ ਬਾਰਡਰ ਵੀ ਗਏ ਹਾਂ ਰਾਤ 2-3 ਵਜੇ, ਉਹਨਾਂ ਨੂੰ ਰੇਂਜਰਾਂ ਨੂੰ ਵੀ ਲਿਖਵਾ ਕੇ ਆਏ, ਆਪਣੇ ਨੰਬਰ ਨੋਟ ਕਰਾਏ ਹਾਂ ਇਰੀਗੇਸ਼ਨ ਡਿਪਾਰਟਮੈਂਟ ਨੂੰ ਵੀ, ਬਟ ਉਹ ਕਹਿੰਦੇ ਫੋਨ ਆਏਗਾ ਅਤੇ ਜੇ ਸਾਨੂੰ ਹੋਏਗਾ ਤਾਂ ਅਸੀਂ ਦੱਸ ਦੇਵਾਂਗੇ। ਫਿਰ ਉਸ ਤੋਂ ਬਾਅਦ ਫਿਰ ਆਪਾਂ ਨਵਦੀਪ ਇੰਸਪੈਕਟਰ ਦੇ ਖਿਲਾਫ਼ ਧਰਨਾ ਦਿੱਤਾ ਸੀ ਦੋ ਕੁ ਦਿਨ ਪਹਿਲਾਂ। ਇੰਸਪੈਕਟਰ ਸਾਹਿਬ ਪ੍ਰਦੀਪ ਸਿੰਘ ਉੱਥੇ ਆਏ ਸੀ, ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ DCP ਸਾਹਿਬ ਨੂੰ ਮਿਲੋ, ਆਪਣਾ ਮੰਗ ਪੱਤਰ ਦਿਓ ਜੋ ਵੀ ਹੈ ਅਤੇ ਫਿਰ ਇਨਵੈਸਟੀਗੇਸ਼ਨ ਹੋਏਗੀ। ਇਹਨਾਂ ਨੇ ਇਹੀ ਕਿਹਾ ਜੀ ਲਿਖਤ ਦਰਖਾਸਤ ਦਿਓ, ਜੋ ਸਾਡੇ ਕੋਲ ਜਾਇਜ਼ ਹੋਏਗਾ, ਜੋ ਐਕਚੁਅਲ 'ਚ ਜਾਇਜ਼ ਕਾਰਵਾਈ ਅਸੀਂ ਕਰਾਂਗੇ, ਪੂਰੀ ਇਨਵੈਸਟੀਗੇਸ਼ਨ ਸੀਨੀਅਰ ਅਫਸਰ ਸਾਡੇ ਕਰਨਗੇ, ਅਤੇ ਜਿਹੜਾ ਵੀ ਕਲਪਰੇਟ ਹੈ, ਜਿਹੜਾ ਵੀ ਗਲਤ ਬੰਦਾ ਉਹਨੂੰ ਸਜ਼ਾ ਜ਼ਰੂਰ ਦੇਵਾਂਗੇ। ਜਲੀਲ ਕੀਤਾ ਮਾਨਵਦੀਪ ਢਿੱਲੋਂ ਨੂੰ, ਥੱਪੜ ਮਾਰ ਕੇ ਪੱਗ ਉਤਾਰੀ ਗਈ, ਕੁੱਟਮਾਰ ਕੀਤੀ, ਦੂਜੀਆਂ ਸੱਟਾਂ ਮਾਰੀਆਂ ਗਈਆਂ। ਜਿਸ ਚੀਜ਼ ਦਾ ਪਤਾ ਜਸ਼ਨ ਨੂੰ ਜਦੋਂ ਲੱਗਿਆ ਉਹਨੇ ਵੀ ਇਸ ਚੀਜ਼ ਦਾ ਦੁੱਖ ਮਨਾਇਆ, ਔਰ ਜਸ਼ਨ ਜਦੋਂ ਥਾਣੇ ਗਿਆ ਸੀ ਉਹਦੇ ਵਾਸਤੇ ਕੱਪੜੇ ਲੈ ਕੇ ਪਾਣੀ ਲੈ ਕੇ, ਅਤੇ ਉਹਨੂੰ ਵੀ ਜਲੀਲ ਕਰਕੇ ਥਾਣੇ ਬਾਹਰ ਕੱਢਿਆ ਗਿਆ। ਅਗਲੇ ਦਿਨ ਤੋਂ ਜਿਸ ਦਿਨ ਅਸੀਂ ਜ਼ਮਾਨਤ ਕਰਵਾਈ ਆ, ਜਸ਼ਨ ਨੇ ਫੋਨ ਨਹੀਂ ਚੱਕਿਆ ਕਿਸੇ ਦਾ। ਚਲੋ ਜ਼ਮਾਨਤ ਹੋਣ ਤੋਂ ਬਾਅਦ ਜਦੋਂ ਪੁਲਿਸ ਸਟੇਸ਼ਨ ਤੋਂ ਫੋਨ ਰਿਕਵਰ ਕੀਤਾ ਮਾਨਵਦੀਪ ਢਿੱਲੋਂ ਨੇ ਆਪਦਾ, ਉਦੋਂ ਬਾਅਦ ਫੋਨ ਕੀਤਾ ਅਤੇ ਉਹਨਾਂ ਨੇ ਫੋਨ ਚੱਕ ਲਿਆ, ਔਰ ਸਾਡੇ ਵਾਰ ਵਾਰ ਪੁੱਛਣ 'ਤੇ ਸਾਨੂੰ ਬੜੀ ਮੁਸ਼ਕਲ ਉਹਨਾਂ ਨੇ ਆਪਣੀ ਲੋਕੇਸ਼ਨ ਦੱਸੀ। ਜਦੋਂ ਇਹ ਪੁੱਛਿਆ ਗਿਆ ਵੀ ਮੇਰੀ ਗੱਡੀ ਮੈਨੂੰ ਚਾਹੀਦੀ ਹੈ, ਕਿ ਗੱਡੀ ਜਸ਼ਨਵੀਰ ਸਿੰਘ ਢਿੱਲੋਂ ਮਾਨਵਦੀਪ ਢਿੱਲੋਂ ਦੀ ਗੱਡੀ ਲੈ ਕੇ ਗਿਆ ਸੀ, ਅਸੀਂ ਉੱਥੇ ਗਏ ਹਾਂ, ਮੌਕੇ 'ਤੇ ਸਾਰੀ ਫੁਟੇਜ ਸਾਡੇ ਕੋਲ ਆ, ਜਸ਼ਨ ਜਦੋਂ ਉੱਥੋਂ ਕ੍ਰੋਸ ਕਰਦਾ ਹੈ ਉਹ DSP ਸਾਹਿਬ ਸਾਡੇ ਨਾਲ ਗਏ ਸੀ, ਉੱਥੇ ਬਹਿ ਕੇ ਅਸੀਂ ਸਾਰਾ ਕੰਪਲੀਟ ਉਹਨਾਂ ਨੂੰ CCTV ਕੱਢ ਕੇ ਦੇ ਕੇ ਆਏ, ਖੁਦ ਵੀ ਸਾਡੇ ਕੋਲ CCTV ਅਵੇਲੇਬਲ ਨੇ। ਜਦੋਂ ਅਸੀਂ ਉੱਥੇ ਗਏ ਹਾਂ, ਗੱਡੀ ਲਾਈ ਹੈ, ਗੱਡੀ ਲਾ ਕੇ ਸਾਹਮਣੇ ਦੇਖਿਆ ਗਿਆ, ਮਾਨਵਦੀਪ ਢਿੱਲੋਂ ਨੇ ਮੈਨੂੰ ਗੱਡੀ 'ਚ ਬਿਠਾ ਤਾ, ਆਪ ਮਿਲ ਕੇ ਆਏ ਆ। ਮੈਂ ਫਿਰ ਗੱਡੀ ਪੁਲ ਤੋਂ ਮੂਵ ਕੀਤੀ ਆ, ਉਹ ਕਹਿੰਦੇ ਵੀ ਅਸੀਂ ਗੱਡੀ ਉੱਥੇ ਅਸੀਂ ਲਗਾ ਨਹੀਂ ਸਕਦੇ ਪੁਲ ਦੇ ਉੱਪਰ। ਮੈਂ ਸਾਈਡ 'ਤੇ ਲਾ ਕੇ 5-7-10 ਮਿੰਟ ਗੱਡੀ 'ਚ ਬੈਠਾ ਰਿਹਾ, ਫਿਰ ਮੈਂ ਉੱਤਰ ਕੇ ਆਇਆ, ਮੈਂ ਉਹਦੇ ਕੋਲ ਗਿਆ, ਮੈਨੂੰ ਕਿਹਾ ਵੀ ਚੱਲੀਏ ਕਾਫੀ ਟਾਈਮ ਹੋ ਗਿਆ, ਉਹ ਕਹਿੰਦੇ ਮਾਨੇ ਤੂੰ ਚੱਲ ਮੈਨੂੰ ਲੈ ਕੇ ਆਉਣਾ, ਮੈਨੂੰ ਪਤਾ ਨਹੀਂ ਕਿ ਮੈਂ ਸਿਰਫ 40 ਫੁੱਟ ਦੀ ਦੂਰੀ 'ਤੇ ਗਿਆ, ਪਿੱਛੋਂ ਆਵਾਜ਼ ਆਉਂਦੀ ਹੈ ਜਸ਼ਨ ਬਹੁਤ ਜ਼ੋਰ ਦੀ, ਮੈਂ ਟਰਨ ਕਰਦਾ ਹਾਂ, ਮੇਰੇ ਟਰਨ ਕਰਨ ਤੋਂ ਪਹਿਲਾਂ ਜਸ਼ਨ ਆਲਰੇਡੀ ਜੰਪ ਕਰ ਚੁੱਕਿਆ, ਉਹਦੇ ਪਿੱਛੇ ਹੀ ਮਾਨਵੀ ਸਿੰਘ ਢਿੱਲੋਂ ਨੇ ਛਾਲ ਮਾਰ ਦਿੱਤਾ। ਔਰ ਮੈਂ ਫਿਰ ਵੀ ਜਾਣਕਾਰੀ ਉਹਦੀ ਫੈਮਿਲੀ ਨੂੰ, ਜਿਹੜੇ ਮੇਰੇ ਦੋਸਤ ਨੇ, ਉਹਨਾਂ
क्योंकि उन्हें एक प्रोटोकॉल आ भी हवालात के देन तो पहला दस्तार में रिस्पैक्टफुल वे ना उतारे जाता है और उन्होंने दस्तार जी धक्के शही उतार कुट मार दी दूजिया सट्टा मारिया जलील किया बस एक उन्होंने अपनी ईगो सैटिस्फाई करने लिए मतलब उन्होंने 750 का चार्ज लाता और होर बड़े चार्जिज जो बोल रहे हैं कैमरे में साढ़े 15 में कैमरे खराब हो गए तुम समझदार हो कुछ सियाने हो जो इंसाफ की वारी आँदी उदो कैमरे खराब हो जाते और इस तो पहले असं ये बेनती करते थोड़े मन रहा 14 तरीक के कैमरे रिकवर कराए वो जो लड़की ने धक्केशाही हुई है उस दिन वो कैमरे के सामने आ जाएगी पता लग जाएगा भी किस तरीके लड़की तो फोन खोए गए फोन खो के सारा डाटा तो उन्हें अपने सहरिया के प्रति जो उन्होंने को एविडेंस सारे रिमूव किए गए वो सारी 14 की फोटेज आ जाएगी ठीक है।